ਚਲੋ ਸਬਜ਼ੀ ਲੈ ਆਇਆ ਸੁੱਤੀ ਪਾਈ ਹੈ ਤਾਂ ਓਏ ਓਏ ਕਈ ਬਿਮਾਰੀ ਹੈ ਤੈਨੂੰ ਪਤਾ ਚੰਗਾ ਬੱਲਾ ਮੈਨੂੰ ਬੁਖਾਰ ਹੈ ਮੇਰੇ ਸਿਰ ਨੂੰ ਪੀੜ ਹੈ ਮੈਂ ਕਿਰੇ ਜਾਵਾਂ ਸਬਜ਼ੀ ਲਵੇਂ ਆਈ ਤੂੰ ਕਿਤੇ ਚਵਾਰ ਨੂੰ ਗਾਲ ਚ ਗਵਾਂਡੀਆਂ ਦੇ ਤੈਨੂੰ ਸਬਜ਼ੀ ਲਿਆ ਦੇਵੇ ਤੁਹਾਡੇ ਕੋਲ ਮੰਗਵਾ ਲਾਏ ਜਦੋਂ ਵੀ ਕੋਈ ਕੰਮ ਦਾ ਟਾਈਮ ਹੁੰਦਾ ਤੇ ਨਾਲ ਹੀ ਸਿਰ ਨੂੰ ਪੀੜ ਤੇ ਬੁਖਾਰ ਹੋ ਜਾਂਦੇ ਹੈਗੇ ਗਵਾਂਡੀਆਂ ਛੁਰ ਨਹੀਂ ਅੱਖ ਲੱਗ ਰਿਹਾ ਆਪ ਲਗੀ ਜਾਓ ਠੀਕ ਹੈ ਮੈਂ ਤੂੰ ਨਹੀਂ ਜਾਇਆ ਜਾਂਦਾ ਮੇਰੇ ਲੁੱਕਾ ਕੋਸ਼ਾ ਨਾ ਪਕਾਵੋ ਖਾਵਣ ਵੀ ਮੈਨੂੰ ਮਾਈ ਚੰਗੀ ਬੱਲੇ ਹੋਣੀ ਤੇ ਕੰਮ ਦਾ ਟਾਈਮ ਆਣੀ ਹੈ ਕਿ ਮੇਰੇ ਸਿਰ ਨੂੰ ਪੀੜ ਹੈਗੀ ਮੈਨੂੰ ਬੁਖਾਰ ਹੈਗਾ ਤੇ ਨਾਲ ਹੀ ਲੰਮੀ ਹੋ ਜਾਂਦੀ ਹੈ ਤਾਂ ਉਦਾ ਉਠੀ ਆਏ ਆਏ ਮੈਂ ਤੇਰੀ ਮਾਮਾ ਤੇ ਜਾ ਬਜਾ ਮੈਂ ਤੇਰੀ ਸੱਸ ਆ ਆਪ ਦੀ ਜ਼ਬਾਨ ਤੇ ਕੰਟਰੋਲ ਚ ਰੱਖ ਬਲਾ ਹੀ ਬੁਲਿੰਦਾ ਹੁੰਦਾ ਜਿਵੇਂ ਤੂੰ ਮੇਰੇ ਨਾਲ ਕਿਤੇ ਖੜੀ ਹੈ ਤੇ ਹੋ ਤੈਨੂੰ ਮੈਂ ਕੀ ਕਰਾਂ ਸੌ ਜਾਂਦੀ ਹੈ ਤਾਂ ਉਦਾ ਉਠੀ ਬਾਨੇ ਖੋਰ ਆ ਕੇ ਤੇ ਵਗ ਜਾ ਪਕਾਵਣ ਤੇ ਪਕਾ ਲੈ ਨਹੀਂ ਤੇ ਲਾਓ ਮਗਰੂ ਮੇਰੇ ਸੁੱਤੀ ਰਹਿ ਮੈਂ ਅੱਜ ਕੋਈ ਸ਼ਾਇ ਨਹੀਂ ਪਕਾਣੀ ਹੈਗੀ ਭੁੱਖੀ ਤੂੰ ਵੀ ਸੌਸੇ ਲੱਗੀ ਖਲੋਤੀ ਕੋਈ ਛੈ ਲਾਇਆ ਪਕਾ ਲਵੀਏ ਓਏ ਹੋਏ ਸੁਗਰੀ ਤਨ ਮੈਂ ਅੱਗੇ ਵੀ ਆਖਿਆ ਮੇਰੀ ਤਬੀਅਤ ਖਰਾਬ ਹੈ ਤੇ ਮੈਂ ਸਬਜ਼ੀ ਲੈਣ ਕੋਈ ਨਹੀਂ ਜਾਵਣਾ ਚੰਗਾ ਸਿਹਤ ਬਣਾ ਕੇ ਫਿਰ ਪਈ ਰਹਿ ਐਵੇਂ ਡਿਮਰੀ ਤੇ ਕੀ ਵਿਆ ਕਰਦਾ ਨਰਾ ਕਬੂਤਰ ਨੂੰ ਲਿਆ ਮੈਂ ਉਹ ਵੇਖਦਾ ਪਿਆ ਤੂੰ ਟਾਂ ਥੋੜਾ ਕਿਹੜੇ ਲਾ ਮੈਂ ਬਾਹਰ ਨਾ ਜਾਵੇ ਕਿਆ ਮੈਂ ਸਬਜ਼ੀ ਲਿਆ ਦੇ ਨਹੀਂ ਨਹੀਂ ਮੇਰਾ ਕਬੂਤਰ ਨਾ ਮੈਂ ਬਾਰਾ ਸਿੱਖ ਮਾਵੀ ਤਰੀਕ ਨੂੰ ਬਾਗੀ ਛੱਡਣੀ ਹੈ ਹੈ ਕਿ ਨਹੀਂ ਤ੍ਰਿੱਡਾ ਜਿਆ ਕਰਦਾ ਕੀ ਅਗੂ ਤਮਾਸ਼ੇ ਤੂੰ ਇਹ ਮਲੇ ਮੱਛੀ ਜ਼ਬਾਨ ਦਾ ਖਟਿਆ ਖਾਂਦੀ ਬਣੀ ਹੈ ਹਾਏ ਮੈਂ ਗਿਟਕ ਜਾਈਏ ਮੈਂ ਤੈਨੂੰ ਕੀ ਆਖ ਲਿਆ ਅਗੂ ਮੈਨੂੰ ਕੁੱਤਾ ਤੇਰਾ ਪੈ ਹੀ ਗਿਆ ਵੱਡਨ ਨੂੰ ਆਪਣੀ ਜ਼ਬਾਨ ਕਿਟਰਾਲ ਚ ਰੱਖ ਉਹ ਨਾ ਵੀ ਮੈਂ ਤੇਰੀ ਜ਼ਬਾਨ ਛੇਕ ਤੇ ਤੇਰੇ ਗਾਲਾਂ ਹੀ ਵਾਲ ਛੱਡਾਂ ਵਾਹ ਵੇ ਕੋੜੀ ਸ਼ਕਲ ਆ ਲਿਆ ਕੇ ਤੂੰ ਮੇਰੀ ਜ਼ਬਾਨ ਖੇਚ ਕੇ ਮੇਰੇ ਗਾਲ ਨਾਲ ਵਲਾ ਨਾਲ ਜੰਮਿਆ ਹੈ ਸਹੀ ਮੈਂ ਵੀ ਸ਼ਕਲ ਰੱਬ ਬਣਾਈ ਹੈ ਕੋਈ ਤੋ ਨਹੀਂ ਬਣਾਈ ਐ ਤੂੰ ਅੱਲਾ ਬੈਲੀ ਹੋ ਨਹੀਂ ਤਾਂ ਮੈਂ ਤੈਨੂੰ ਜੰਮ ਕੇ ਵੀ ਖਾ ਦੇਸਾ ਵਾਹ ਵੇ ਵਾਹ ਜੰਮ ਕੇ ਵੀ ਖਾ ਦੇਸਾ ਕੋੜੇ ਮੂੰਹ ਵਾਲਾ ਨੂੰ ਵੇ ਤਾਂ ਅੱਲਾ ਕਰੇ ਤੇਰਾ ਕਬੂਤਰ ਥੱਲੇ ਲਵੇ ਨਾ ਖੜੀ ਜਾਵੇ ਜਾ ਜਾ ਕਾਵਾਂ ਦੇ ਅੱਖੇ ਕਦੀ ਡੋਰ ਮਰੇ ਵੇਖੀ ਨੇ ਲਵਣਾ ਹੀ ਕੋਈ ਨਹੀਂ ਜਾ ਜਾ ਤੂੰ ਐਡੀ ਫਕੀਰ ਨਹੀਂ ਓਏ ਅੰਮਾ ਕੀ ਗੱਲ ਹੈ ਕਿਵੇਂ ਪਈ ਹੋਈ ਹੈ ਅੱਜ ਖੈਰ ਤਾਂ ਹੈ ਬਿਸਮਿਲਲਾ ਕਰਾ ਮੇਰਾ ਪੁੱਤਰ ਆਇਆ ਖੈਰ ਹੈ ਬੁਖਾਰ ਚੜਿਆ ਖੜਾ ਹੈ ਓਏ ਹੋਏ ਬੁਖਾਰ ਕਿਵੇਂ ਚੜ ਗਿਆ ਹੈ ਆ ਜਿਹੜੀ ਤੇਰੀ ਰਾਨ ਨੇ ਹਾਂ ਉਹਦੀ ਐਡੀ ਲੰਮੀ ਜ਼ਬਾਨ ਹੈ ਉਹ ਤਾਂ ਹੈ ਉਹ ਤਾਂ ਮੈਨੂੰ ਵੀ ਪਤਾ ਹੈ ਜ਼ਬਾਨ ਹੁੰਦੀ ਐਡੀ ਲੰਮੀ ਨਹੀਂ ਹੈ ਤੂੰ ਥੋੜੀ ਦੱਸਦੀ ਪਈ ਹੁੰਦੀ ਐਡੀ ਲੰਮੀ ਜ਼ਬਾਨ ਹੈ ਮੈਂ ਤਾਂ ਬੁਖਾਰ ਨਾਲ ਪਈ ਆ ਤੇ 100 ਵਾਰੀ ਆਣ ਕੇ ਨੀ ਮਾਈ ਉਠੀ ਮੈਂ ਸਬਜ਼ੀ ਲਿਆ ਦੇ ਨੀ ਮਾਈ ਉਠੀ ਮੈਂ ਸਬਜ਼ੀ ਲਿਆ ਦੇ ਮੈਂ ਆਖਿਆ ਏ ਸੁਗਰੀ ਮੇਰੀ ਤਬੀਅਤ ਨਹੀਂ ਸਹੀ ਤੇ ਲੱਗੀ ਜਾ ਕਿਸੇ ਗਵਾੜੀਆਂ ਦੇ ਚਾਰ ਨੂੰ ਆ ਕੇ ਸਬਜ਼ੀ ਮੰਗਵਾ ਲਾਏ ਮੈਨੂੰ ਟਿਕਾ ਨਹੀਂ ਦਿੱਤਾ ਇਸ ਸੁਣਨ ਚਲੋ ਆ ਜਾਂਦੀ ਤੇ ਕਰ ਲੈਨੇ ਆ ਉਹਦੇ ਨਾਲ ਗੱਲ ਏ ਆ ਮੇਰੇ ਕੋਲ ਪੈਸੇ ਹਨ ਆ ਤਨਖਾਹ ਮੈਨੂੰ ਦਿੱਜੀ ਤਾ ਮੋੜ ਤੂੰ ਰੱਖ ਲਾ ਮੇਰੀ ਗੱਲ ਸੁਣ ਹੋਰ ਵੀ ਆਈ ਨਾ ਮੈਂ ਦੇ ਤੂੰ ਰੱਖ ਲਾ ਕਿਹੜੇ ਹਿਸਾਬ ਵਿੱਚ ਮਾਨ ਦਿੰਦਾ ਪਿਆ ਮੇਰੇ ਕੋਲ ਪੁੱਛ ਕੇ ਦਿੰਦਾ ਪਿਆ ਤੇ ਮੈਂ ਤੇਰੇ ਕੋਲ ਪੁੱਛ ਕੇ ਜੰਮਿਆ ਆਸੂ ਹੈ ਪੁੱਛ ਕੇ ਭਾਵੇਂ ਨਹੀਂ ਜੰਮਿਆ ਹੀ ਪਰ ਹੁਣ ਮੇਰੇ ਕੋਲ ਪੈਸੇ ਪੁੱਛ ਕੇ ਦੇਣੇ ਤੁਹਾਡੀ ਮਾਂ ਨੂੰ ਨੀ ਚੁੱਪ ਕਰ ਖੜੋ ਨੀ ਚੁੱਪ ਕਰ ਅਕਲਕਾਰ ਕੋਈ ਅਕਲਕਾਰ ਹੈ ਐਡੀ ਚਲਾਕ ਨਾ ਬਾਣ ਮਾਂ ਮੇਰੀ ਜਿੰਦੀ ਹੈ ਹਾਲੀ ਤਾਈ ਮੇਰੇ ਸਿਰ ਤੇ ਹੈ ਫਸਟ ਟਾਈਮ ਸਾਡੀ ਘਰ ਦੀ ਸਰਬਰਾ ਮੇਰੀ ਮਾਂ ਹੈ ਤੇ ਮੈਂ ਆਦੀ ਮਾਂ ਨੂੰ ਪੈਸੇ ਦੇਵਣੇ ਨੇ ਹੋਰ ਕਾਹਨੂੰ ਦੇਵਾਂ ਮੇਰਾ ਪੁੱਤਰ ਹੈ ਮੈਂ ਇਹਨੂੰ ਜੰਮਿਆ ਹੈ ਮੇਰਾ ਹੱਕ ਕੋਈ ਨਹੀਂ ਬਣਦਾ ਨਹੀਂ ਤੇਰਾ ਹੱਕ ਕੋਈ ਨਹੀਂ ਬਣਦਾ ਨਾਲੇ ਘਰ ਦੀ ਸਰਬਰਾ ਮੈਂ ਹੈਗੀ ਆ ਤੇਰੀ ਮਾਂ ਨਹੀਂ ਹੈਗੀ ਸੁਆਣੀ ਤੇਰੀ ਮੈਂ ਹੈਗੀ ਆ ਸਮਝ ਆਈਏ ਨਾ ਉਹ ਅੰਮਾ ਅੱਗੇ ਵੀ ਆਖੀ ਜਾਂਦੀ ਇਹਦੀ ਐਡੀ ਜ਼ਬਾਨ ਹੈ ਤੇ ਤੂੰ ਆਦੀ ਜ਼ਬਾਨ ਨੂੰ ਕੋਈ ਥੋੜਾ ਬਹੁਤ ਕੰਟਰੋਲ ਵਿੱਚ ਰੱਖ ਲਾ ਤੇਰੇ ਵਿੱਚ ਅਕਲ ਕੋਈ ਨਹੀਂ ਹੈ ਵੀ ਮਾਵਾ ਦਾ ਇੱਜ਼ਤ ਕਰਿੰਦੀ ਹੁੰਦੀ ਹੈ ਕੱਲ ਲੱਗੀ ਆਉਂਦੀ ਹੈ ਤੇ ਅੱਜ ਘਰ ਦੀ ਚੁਦਰਾਣ ਬਣੀ ਬੈਠੀ ਹੈ ਮੇਰਾ ਹੱਕ ਵੀ ਕੋਈ ਨਹੀਂ ਮੇਰਾ ਹੱਕ ਹੀ ਕੱਢੀ ਬੈਠੀ ਹੈ ਨਹੀਂ ਅੰਮਾ ਕਿਉਂ ਤੇਰਾ ਹੱਕ ਹੈ ਉਹ ਸਾਰਾ ਹੱਕ ਹੀ ਤੇਰਾ ਹੈ ਕਿਉਂਕਿ ਤੂੰ ਮਾਂ ਮਾਤਾ ਹੈ ਹਾਂ ਮਾਂ ਮਾਤਾ ਹੈ ਤੇ ਮੇਰਾ ਹੱਕ ਫਿਰ ਕਿੱਥੇ ਗਿਆ ਉਹ ਤੇਰਾ ਹੱਕ ਸਮਾਣੀਆਂ ਵਾਲਾ ਤੂੰ ਆ ਜੀ ਆ ਦਾ ਹੱਕ ਤੇ ਵੇਚ ਰਹਾ ਹੈ ਨਾ ਆਦੇ ਹੱਕ ਤੋਂ ਅਗਰ ਤਜਾਵਜ਼ ਕਰਨਾ ਮਨਾ ਹੈ ਨਮਜ਼ੀਆ ਅੱਜ ਇਹ ਚੱਲ ਕਿਤੇ ਖੋਤੀ ਹੈ ਨਾ ਤੇਰੇ ਰਾਨ ਨੂੰ ਤੇ ਮਾਂ ਦੀ ਮੰਨ ਲੈ ਗੱਲ ਇਹਨੂੰ ਨਾ ਤਲਾਕ ਦੇ ਮੈਂ ਪੁੱਤਰ ਨੂੰ ਨਵਾਂ ਪਰਨਾ ਲੈਸਾਂ ਤੇ ਇਹਦੇ ਨਾਲ ਮੈਂ ਸੋਹਣੀ ਖੂਬਸੂਰਤ ਰਾਨ ਲਾ ਦੇ ਆ ਸੁਣ ਸੁਣ ਮਾਂ ਦੀਆਂ ਗੱਲਾਂ ਆਪਣਾ ਘਰ ਪੱਟਣ ਤੇ ਬੈਠੀ ਹੈਗੀ ਆਂਦੀ ਤਲਾਕ ਦੇਵੇ ਸੁਬਾ ਦੀ ਭੁੱਖੀ ਬੈਠੀ ਹੋਈਆਂ ਆਖਦੀ ਪਈਆਂ ਮਾਈ ਜਾ ਸਬਜ਼ੀ ਲੈ ਆ ਮੈਂ ਪਕਾ ਲਵਾਂ ਮੈਂ ਤਾਂ ਬੁਖਾਰ ਚੜਿਆ ਪਿਆ ਮੇਰੇ ਸਿਰ ਨੂੰ ਪੀੜ ਹੈਗੀ ਬੜਕਦੀ ਪਈਆਂ ਬੜਕਦੀ ਇੱਥੇ ਤਾਂ ਵੇਖ ਅੰਮਾ ਨੂੰ ਤਾਂ ਆਪ ਚੜਿਆ ਪਿਆ
तेनू आदि भुख दी पई खड़ोती है, आटा गुन के तू मरचा नाल भी रोटी खा सकनी है। क्यों मैं मरचा नाल खाऊंगा, मैं तेरी कमाई नू आग लानी है। सोने दी ज़बाना सुन ल, बस जेड़े पैसे हो मैं तू आदि कोफ्ते तल के खाती रखे कि तगर हर वेले मैं ते खाने ने ते आदि मेरी मां नू भी कोई खवा पिवा, वो बीमार होंदी जांदी। बीमार होंदी जांदी ते मैं नहीं करदी पईयां, अल्लाह नू होंदी जांदी। मैं गणी चबर चबर ना की कर, मेरा दिमाग किसल किसल हल जांदा है, मैं तैनू दस देवां। हलदा ते हल जावे, मैं तेरे दिमाग नू की करा। मेरी मां अगू हुण खबरदार, जे तू बोलियो तां मैं तेरी जबान वाड़ छड़सो। मैं ते बोलना 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 जो मर्जी करने कर ला। एडी मोटी होंदी है सुबड़ोले जड्डी। आ वेख ला, मेरी मां दी इतनी सेहत होंदी है जेड़ी गटी खड़ोती तेरे आवन तो बाद, जेड़े कोई खावण दी शाय होंदी अंदर बह के खा लेने ते मेरी मां एवें भुखी बैठी रहंदी है। तेरी मां ता खा के निमक राम बंदी हैगी, सब तो पहले इनू देनी है, जेला खा ला निमक राम न होवे ता लख लाना तई। मां नु निमक राम आखी खड़ोती है, अ तेनू शर्म ता नहीं आउंदी पई, एडी होई नु हैं? अ तू ता असरु तेरे ते गैरत ही मरदी जांदी है। मेरा दिमाग हुण ही लगदा है ना जिवें हुणे पाटू है, मैनू कावड़ चढ़ी खड़ोती है। तेरा दिमाग पाटदा ते पाट जावे, मैं तेरे दिमाग नु की करा? दिमाग नु की करा, तेरी जबान वधदी जांदी, मैनू ए जबान बंद करनी पौसी मैनू लगदा। तू कर मेरी जबान बंद। अबे गहरा ता, अबे गहरा ता, चार मुख मार लवे आ, अ काले मुंह वाले आ, अ रन बेहोश हो गई है ना, बेहोश हो गई, रन बेहोश हो गई। ओए अम्मा तो हो जा, अम्मा ए ता लुढ़क गई आई। चाय नु आ चा बगैरा ता, काले मुंह वाले चार मुख हुंदी है, सोटे नंडके ना ही हुंदे। ओ तनु छोटा गात वगाया, कदी रन्ना नु छोटिया नाल कुटता है। ओ मेरे कोल कावड़े च वाज गया है, ओ मैनु तो पता ही कोई नहीं लगया कि मैं छोटा मार बैठा, हुण की करा? ओए हाल ओए एंदा ता पक्के बाऊ जाले मैन। ओ अम्मा अम्मा पुला सौसी मैनु फतसी लमे आपासी उतुल तर मारसी। मैं तेरिया मारा किवें बर्दाश्त कर सा, काले मुंह वाले आ, मिनट मार ला ते नोन कि अन्ने बन्ने ला भी है, हुण इत्थे पई रस्सी है मंजे ते गतिए। ओए अम्मा ए तो मरी पई है, जे इत्थे पई रही ते इत्थे ही बहुत छड जासी, इनु किदे इने कहदे अन्ने बन्ने ते लावणा ही पौणा, मैं ना किदे टोया खट के पूरे आवां मैं। ओ काले मुंह वाले जबदे कर लाए, इनु किदे अन्ने बन्ने ला लाए। परेशान खली सुगरी नू की होया? चुप कर, तेनू मैं दसनी आ, अगर किसे ना दसी जेड़ा तेरा पोत ना रमजी सुन नोड़, ओ सुगरी ने मारे सोटा, सुगरी मार गई। बड़े दिन बाद अज देवो कई वधाई, पुत्र की शादी की नूं दी खुश खबरी मेनू पता लग गया सी कि बच्चा आना लै देवो, अज कई वधाई खुश खबरी देवो, एवे ना मेनू गलो। तेन वधाई दी पाई खड़ी है नूं मेरी, ओ जेड़ी मरी पाई है। की बच्चा जाया हो गया सु? ना 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 ना, ए नो ना ही मेरी, ओ मैं नो मरी है जेड़ी चाप के चे। ना ना ना, अयो मरी पई है। ओए आले ओए ना, तो तेरी मेहरबानी क्यों सानू जेले टकाऊ है, तैनू कई लोड़ आई दसण दी, तेरी मेहरबानी दा किसे ना ना लवी। हाय हाय मैं ना नहीं लेनी आ, लेकिन लोकां ते पता लग ही जाना है। एवे पता लग जसी नहीं पता लगदा। हाय हाय तो सच्ची मरी पई है। रमजी बाहर निकल गया।
लेकिन पता तो लोग लग ही जाना ही तू दस ना तो पता लगता हूं एक दो त्रै चार पांच बंद खड़ा हो मैं लम्या करना अंदर कही है तो चलो सारे टोया खट्टो बारी बारी जल्दी करो जल्दी लम्या कर चल मकई दे अंदर खबर खटा ते मैं इथे इंदे कोल खलोता नहीं नहीं रमजी मैं तने सलाश दे कोल नहीं खलोवन देवना जेड़ा इंदा भूत है ना वो तेरे विच वड़ जासी ओए होए अम्मा इंडिया दे ड्रामे देख देख के तेरा दिमाग खराब होया होया अगा टोर चल टोर मैं ते नाल लाके जासा टोर टोर गुलाग मेरे आजा 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 ख्याल लाश कोई नी पई लाश कोई नी पई वेख रमजे खोता खा गया खोते का मुंह हलदा पिया छिपरा मेनू थोड़ा जा निकल आया सावा जहा फायदा हो गया लाश का मुद्दा ही गायब हो गया खोता खा गया रोड़ा मुक्का हूं आप टेंशन ही कोई नहीं हाथ छांड के चलिए छोटी छोटी बड़ा को अच्छा एक गल ही ने मरण वाली मर गई है अल्लाह उन्हें जनता घर दे आप तो दुआ ही कर सकने पर उस जन्नत जाना कोई नहीं जो उस घोड़िया इतने लोगों की हाँ मुस्कान फिरा तू बह जा डिबरी मैं तेरा बड़ा शुक्र गुजार हाँ ते तेरा भी मियां है बड़ा शुक्र गुजार हाँ तुम मेरे नाल रल के उस मुसीबत उस कल नू मगरू लाया चा आ लो इनाम फड़ो हेलो 1000 रुपया तू रख ला 500 अम्मा तू रख ला ए शुक्र है ओ बड़ा मेरे मगरू लथी मगरू नहीं लथी मैं तो कबरा ताई तेरे पीछे हां ऐसी मजीद फनी वीडियोस देखने के लिए हमारे चैनल रचनावी टीवी को सब्सक्राइब करें।